ਜਦੋਂ ਮੈਂ ਐਮਪੀ ਹੁੰਦਾ ਸੀ ਸਗ ਸਿਗਰਟ ਪੀੜੀ ਪੂੜੀ ਅੰਦਰ ਕੋਸੇ ਰੇਟ ਤੇ ਮਿਲਦੀ ਹੁੰਦੀ ਅੱਜ ਜਰਦੇ ਦੀ ਇੱਕ ਪੂੜੀ 10 ਰੁਪਏ ਦੀ 2000 ਦੀ ਇਹਦੇ ਜਾਂਬਾਜ਼ ਜੇਲ੍ਹਾਂ ਦੇ ਅਫਸਰ ਤੇ ਮੁਲਾਜ਼ਮ ਨੇ ਮੈਂ ਤੁਹਾਨੂੰ ਐਵੇਂ ਨਹੀਂ ਕਹਿ ਰਿਹਾ 200 ਬੰਦੇ ਦੇ ਮਗਰ ਇੱਕ ਮੁਲਾਜ਼ਮ ਹੈ 200 ਬੰਦਿਆਂ ਦੀ ਬੈਰਕ ਇੱਕ ਮੁਲਾਜ਼ਮ ਸਾਹਮ ਰਿਹਾ ਉਹਨਾਂ ਦੇ ਵਿੱਚੋਂ ਵੀ 10 ਬੰਦਿਆਂ ਨੂੰ ਲਾਠੀਆਂ ਲੂਠੀਆਂ ਦੇ ਕੇ ਉਹ ਕੰਮ ਤੋਰੀ ਜੇ ਇੰਨੇ ਹੀ ਪੈਸੇ ਨੇ ਸਟੇਟ ਕੋਲ ਦੇ ਨੌਕਰੀਆਂ ਭਰਦੇ ਸਾਰੀਆਂ ਸਾਮੀਆਂ ਹੈ ਇਹ ਗੱਲਾਂ ਤਾਂ ਕਦਾ ਹੀ ਵਰਤਾਈ ਜਾਂਦੀ ਭਰਦੇ ਇਹ ਪੰਜਾਬ ਦੇ ਮੁੱਦੇ ਨੇ ਹਾਈ ਕੋਰਟ ਨੇ ਬੁਲਾ ਕੇ ਠੋਕ ਕੇ ਕਿਹਾ ਇੱਕ ਹਫ਼ਤੇ ਦੇ ਵਿੱਚ ਪਾਲਸੀ ਦੇ ਪਾਲਸੀ ਕੀ ਹੈ ਤੁਸੀਂ ਅੰਦਰ ਛੋਟੀ ਜਿਹੀ ਦੁਕਾਨ ਖੋਲਦੇ ਹੋ ਉੱਥੇ ਦੀ ਤੇ ਭਾਈ ਪੀੜੀ ਜਾਂਦਾ ਜਿਹਦੇ ਜਿਹਨੇ ਲੈਣਾ ਹੈ ਜਿਵੇਂ ਦੁੱਧ ਪੀਂਦੇ ਆ ਹੋਰ ਜਿਹਨੇ ਭਾਈ ਲੈਣਾ ਉਹ ਲੈ ਲਵੇ ਤੇ ਅੰਡਰ ਟ੍ਰਾਇਲ ਕੰਮ ਨਹੀਂ ਕਰੂਗਾ ਇੱਕ ਨੰਬਰ 2 ਦੂਜੀ ਜੈਮਰ ਲਾਏ ਦੂਜੀ ਜੈਮਰ ਲਾਵੇ ਸਾਰੀਆਂ ਜੇਲ੍ਹਾਂ ਦੇ ਵਿੱਚ ਜੇ ਇੱਕ ਫੋਨ ਚੱਲ ਜੇ ਮੇਰਾ ਨਾਮ ਤਾਂ 5G ਤੁਹਾਡੇ 2G ਲੱਗੇ ਆ ਮੈਂ ਪਹਿਲਾਂ ਕਹਿ ਚੁੱਕਿਆ 5G ਜੈਮਰ ਲਾਇਆ ਤੁਹਾਡੇ 2G ਲਾਇਆ ਤੁਸੀਂ ਠੀਕ ਹੈ ਤੂੰ ਲਾ 5G ਜੈਮਰ ਜੇ ਇੱਕ ਚੱਲੇ ਫੋਨ ਜੁਮਾ ਦੇ ਦੀ ਅੱਜ ਤਈ ਸਿੱਧੂ ਮੂਸੇ ਵਾਲਾ ਮੈਨੂੰ ਉਸ ਤਰਸ ਆਉਂਦਾ ਉਸ ਬਾਤ ਕਿੰਨਾ ਫਖਰ ਹੈ ਪੰਜਾਬ ਨੂੰ ਉਸ ਬੱਚੇ ਤੇ ਅੱਜ ਤੁਸੀਂ FIR ਨਹੀਂ ਦਿੱਤੀ ਕਰਕੇ ਉਹ FIR ਨੂੰ ਫਿਆਤੇ ਜੇ ਕਹਿੰਦੇ ਜੋ ਬਾਪ ਕਹਿੰਦਾ ਉਹਨੂੰ ਸ਼ੱਕ ਉਹ ਕਹਿੰਦਾ ਸ਼ੱਕ ਕਰਨ ਦਾ ਤਾਂ ਹੱਕ ਹੈ ਕਰੇ ਕੋਈ ਭਰੇ ਕੋਈ ਕੋਰਟ ਕਹਿੰਦਾ ਮਰਨ ਪੁਸ਼ਟੀ ਕਰਦਾ ਹੈ ਕੋਰਟ ਦੀ ਕੋਰਟ ਕਹਿੰਦਾ 75 ਬੰਦੇ ਅਸੀਂ ਦੱਸ ਦਿੰਦੇ ਆ BSF ਵਾਲਿਆਂ ਨੇ ਦੱਸਿਆ ਵੀ ਆਹ ਬੰਦੇ ਡਰੱਗ ਦੀ ਕਰਦੇ ਆ ਸਮਗਲਿੰਗ ਕਚਹਿਰੀ ਕੋਰਟ ਹਾਈ ਕੋਰਟ BSF ਕਹਿ ਰਿਹਾ ਵੀ 75 ਬੰਦੇ ਡਰੱਗ ਪੈਡਲਰ ਇਹਨਾਂ ਦਾ ਨੈਕਸਸ ਐ ਮੈਂ ਪਹਿਲੇ ਦਿਨ ਤੋਂ ਕਹਿੰਦਾ ਪੁਲਿਸ ਨਾਲ ਤੇ ਪੋਲੀਟੀਸ਼ੀਅਨ ਨਾਲ ਇਹਨਾਂ ਨੂੰ ਫੜੋ ਕੀ ਫੜਿਆ ਵੀ ਤੁਸੀਂ ਦੱਸੋ ਮੈਨੂੰ ਇਹ ਕੋਰਟ ਕਹਿ ਰਿਹਾ ਉਹ ਕਹਿ ਰਿਹਾ ਤੁਸੀਂ ਫੇਲ ਹੋ ਤੁਹਾਡੀ ਡਰੱਗ ਪਾਲਿਸੀ ਫੇਲ ਹੈ ਤੁਹਾਡੀਆਂ ਜੇਲ੍ਹਾਂ ਫੇਲ ਨੇ ਤੇ ਲਾਅ ਐਂਡ ਆਰਡਰ ਇਹ ਕਹਿੰਦੇ ਹਮ ਸ਼ਾਂਤੀ ਨਹੀਂ ਦੇਖੀਏ ਬਠਿੰਡੇ ਦੀ ਸ਼ਾਂਤੀ ਖੜਦਾ ਕੋਈ ਇੱਥੇ MLA ਆ ਕੇ ਮੈਂ ਆਇਆ ਸੀ ਵਾਲੇ ਕਿੰਨੇ ਕਿ ਦਿਨ ਹੋਣੇ ਮਹੀਨਾ ਹੋਣਾ ਭਾਜੀ ਤੁਸੀਂ ਸੀਗੇ ਭਾਈ ਸੀਗੇ ਸੀਗਾ MLA ਕਿ ਕੁੜੀ ਦੇ ਗੋਲੀ ਮਾਰੀ 75% ਲੋਕ ਉਗਰਾਈਆਂ ਤੇ ਪੈਸੇ ਦੇਈ ਜਾ ਰਹੇ ਉਹ ਕਹਿੰਦੇ ਦੱਸਣਾ ਹੀ ਨਹੀਂ ਇਹ ਹਾਲ ਹੋ ਗਿਆ ਪੰਜਾਬ ਦਾ ਕਿਸੇ ਇੱਕ ਬੰਦੇ ਨੂੰ ਕਿਹਾ ਹੋਵੇ ਭਾਈ ਅਫਸੋਸ ਆ ਬੜਾ ਕਹਿੰਦੇ ਘਰ ਗਿਆ ਹੋਵੇ ਤੁਸੀਂ ਹੋਮ ਮਿਨਿਸਟਰ ਹੋ ਮਹਾਰਾਜ ਇਤੋਂ ਵੱਡਾ ਫੇਲ ਹੋਮ ਮਿਨਿਸਟਰ ਦੇਖਿਆ ਇਤੋਂ ਵੱਡਾ ਫੇਲ ਜੇਲ੍ਹ ਮਿਨਿਸਟਰ ਦੇਖਿਆ ਮੰਤਰੀ ਬਦਲੀ ਜਾਣਾ ਲੋਕੀ ਬਦਲ ਦੇਣਗੇ ਤੈਨੂੰ ਮੰਤਰਾ ਦੇਖੀ ਤੂੰ ਤੁਸੀਂ ਇਮਾਨਦਾਰ ਹੋ ਕਿੱਧਰੋਂ ਇਮਾਨਦਾਰ ਹੋ ਮੈਂ ਕਹਿੰਦਾ ਤਾਂ ਮੈਂ ਫੇਰ ਕਹਿ ਰਿਹਾ 200 ਮਾਰ ਕੇ ਚੁੱਕਿਆ ਤੁਸੀਂ ਕਿੱਧਰੋਂ ਇਮਾਨਦਾਰ ਹੋ ਮੈਨੂੰ ਸਮਝਾਓ ਤੁਸੀਂ ਜਿਹੜੀ ਟਰਾਲੀ ਰੇਤੇ ਦੀ 3 ਕਰੋੜ ਦੀ ਵਿਕਦੀ ਸੀ 3000 ਦੀ ਜਿਹੜੀ ਮਤਲਬ ਟੋਟਲ ਜਿਹੜੀ ਉਹ ਹੈ ਖਪਤ 3000 ਦੀ 3 ਸੈਂਕੜੇ ਰੇਤਾ ਮਿਲਦਾ ਸੀ 3300 ਦਾ ਅੱਜ 21000 ਖੱਡਾ 10 ਤੋਂ ਥੱਲੇ ਨਹੀਂ ਜਾ ਸਕਦੇ 40-40 ਫੁੱਟ ਦੇ ਖੱਡੇ ਪਏ ਪਏ ਨੇ ਇਹਨਾਂ ਦੇ ਮੰਤਰੀਆਂ ਦੇ ਉੱਥੇ ਮੈਂ ਜਾਊਂ ਕਰੂੰ ਸ਼ਿਕਾਇਤ ਦੇਖੋ ਐਚਡੀ ਚ ਕੜੱਲਾ ਨੂੰ ਘੱਟ ਉਹ ਵੀ ਮੈਂ ਕਹੀ ਜਾਂਦਾ ਸੀ ਇੱਕ ਟਰੱਕ ਇੰਪਾਊਂਡ ਕੀਤਾ ਹੋਵੇ ਕ੍ਰਸ਼ਰਾਂ ਦੀ ਇੰਡਸਟਰੀ ਲੋਕੀ ਟੈਕਸ ਭਰਾ ਰਹੇ ਨੇ ਜਿਹੜੇ ਕ੍ਰਸ਼ਰ ਚਲਾਉਂਦੇ ਆ ਉਹਨੂੰ ਟੈਕਸ ਭਰਾਉਣਾ ਪੈਂਦਾ 60 ਰੁਪਏ ਪਰ ਯੂਨਿਟ ਹੈ ਜੀ ਪਰ ਸਰਕਾਰ ਦੇ ਖਜ਼ਾਨੇ 10000 ਕਰੋੜ ਦੀ ਚੋਰੀ ਪੰਜਾਬ ਦੀ 170 ਸਾਲ ਦਾ ਮਾਲ ਅੱਜ ਤੱਕ ਪ੍ਰਾਈਸ ਨਹੀਂ ਫਿਕਸ ਕੀਤੀ ਜਦੋਂ ਰੇਤਾ ਨਹੀਂ ਵਿਕਦੋ ਜਾਂਦਾ 21000 ਦੀ ਟਰਾਲੀ ਆ ਗਰੀਬ ਘਰ ਕਿੱਥੋਂ ਪਾਊ ਜਦੋਂ ਗਰੀਬ ਘਰ ਨਹੀਂ ਪਾਊ 80% ਘਰ ਨਹੀਂ ਪਾਉਣਗੇ ਮਿਸਤਰੀ ਘਰ ਬਹਿ ਜੂ ਕਾਮੇ ਘਰ ਬਹਿ ਜਾਣਗੇ ਲੇਬਰ ਘਰ ਬਹਿ ਜੂ ਹਾਰਡਵੇਅਰ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਬਿਜਲੀ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਕਿਹੜੀ ਰੇਤੀ ਸਸਤੀ ਹੋਏ ਸ਼ਰਾਬ ਲਓ ਮੈਂ ਤੁਹਾਨੂੰ ਕਹਿੰਦਾ ਪਹਿਲਾਂ ਰੇਤੇ ਤੇ ਆਈਏ 5000 ਕਰੋੜ ਰੁਪਇਆ
आंध्र प्रदेश 700 किलोमीटर दरिया साढ़ा 1300 4000 किलोमीटर तेलंगाना 7000 किलोमीटर चार 7000 करोड़ रुपया झारखंड तुसी हम 20000 करोड़ निकालेंगे नेताओं की जेब से और 1100 रुपया देंगे किने क्या सी किने क्या सी मान साहब आऊंगा नहीं तो थे मायर कार्ड की सुई उठी रखू हम वो निकालेंगे 20000 करोड़ रुपया नेताओं की जेब में से और 1100 रुपए महिलाओं को देंगे कदे गल ही नहीं करता उथे मेला ला के बहे ना 5000 पुलिस वाले का कहन लग जाने हैड मैच जितया टेल तुसी हारे हैं वो कहो थोड़िया क्या बात है जी थोड़ी अपने मुंह शादी मुबारक अपने मुंह मियां मिठू बेचो झूठ आओ ऐडा तेरी सियासत है मित्र मेरे है मैं गारंटी देना थोनू लिख के दिना थोनू अज लिख के कली शराब चो 50,000 करोड़ रुपया किदा कट रहे हैं स्टेट तुम्हें 4 2002 चो 2000 अजो 50,000 करोड़ 47,000 करोड़ रुपया मित्रा 47,000 करोड़ सेंटर दी स्कीमां च पा 90,000 करोड़ है किस तरह जिन्हों कहते हैं ना कि उल्टी गिनती कितना शुरू हुई है पंजाब की एक धंधा करने वाले मुख्यमंत्री आ गए मैं कहना मित्रा मैं कहना शुरू हो पिछले 25 सालों तो देख कि मुख्यमंत्री है ये धंधा करते हैं बिजनेस करते हैं पंजाब को गिरवी धरता पंजाब इज फॉर सेल ਜਿਹੜਾ ਪੰਜਾਬ ਦੇ ਰਿਸੋਰਸਾਂ ਦਾ 50 ਤੋਂ 60,000 ਕਰੋੜ ਰੁਪਈਆ ਪੰਜਾਬ ਦਾ ਕੱਲੀ ਸ਼ਰਾਬ ਚੋਂ 10,000 ਕਰੋੜ ਤਾਂ ਐਲ ਬੰਦ ਮੈਂ 1000 ਵਾਰ ਕਹਿੰਦੇ ਕਰ ਡਿਕਲੇਅਰ ਕਿਹਨੂੰ ਕੀਤੇ ਐਲ ਬੰਦ ਇਹ 50 ਤੋਂ 60,000 ਕਰੋੜ ਖਾ ਜਾਂਦੇ ਆ ਇਹਨੇ ਡਬਲ ਹੋ ਕੇ 1,00,000 ਵੀ ਹੋਣਾ ਸੀ ਲੋਕਾਂ ਦਾ ਤੇ ਉਧਰੋਂ 50,000 ਕਰੋੜ ਦਾ ਕਰਜ਼ਾ ਚੁੱਕ ਲੈਂਦੇ ਉਹਦੇ 35,000 ਕਰੋੜ ਸੁੱਕ ਜਾਂਦੇ ਆ ਦੱਸੋ ਇਹ ਇਕਨੋਮੀ ਹੈ ਕਿ ਇਹ ਇਕਨੋਮੀ ਬੇਵਕੂਫ ਬਣਾਇਆ ਸਾਰੀ ਦੁਨੀਆ ਦਾ ਫਿਰ ਉਹ ਜਿਹੜਾ ਕਰਜ਼ਾ ਲੈਂਦੇ ਆ ਉਹ ਪੰਜਾਬ ਦੇ ਲੋਕਾਂ ਨੇ ਮੋੜਨਾ ਇਹ ਤਾਂ ਪੱਤਰੇ ਵਾ ਜਾਂਦੇ ਆ ਫਿਰ ਇਹਦੀਆਂ ਮੌਲਾਂ ਖਰੀਦੀਆਂ ਹੁੰਦੀਆਂ ਇਹਦੀ ਆਸਟ੍ਰੇਲੀਆ ਜ਼ਮੀਨਾਂ ਖਰੀਦੀਆਂ ਦਿਖਾਓ ਮੈਨੂੰ ਇੱਕ 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 ਕਿਸੇ ਪੋਲੀਟੀਸ਼ੀਅਨ ਦੇ ਘਰ ਦੇ ਉੱਤੇ ਇੰਨਾ ਕਰਜ਼ਾ ਕੇਵਲ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿੰਨੇ ਟੀਵੀ ਨੇ ਪੰਜਾਬ ਜਾਂ ਮੈਂ ਥੱਲੋਂ ਟੰਗਾਂ ਦੇ ਨਿਕਲ ਜੂੰਗਾ ਜੇ ਦੱਸ ਦੇਣ ਵੀ ਟੀਵੀ ਕਿੰਨੇ ਨੇ ਪੰਜਾਬ ਜੇ ਇੱਕ ਟੀਵੀ ਤੇ 50 ਤੇ 100 ਰੁਪਇਆ ਟੈਕਸ ਲਾਵੇ ਨਾ ਸਰਕਾਰ ਆ ਇਹਨੂੰ ਜੁਝਾਰ ਨੂੰ ਇਹਦੇ ਇਹਦੇ ਐਂਟਰਟੇਨਮੈਂਟ ਟੈਕਸ ਕੀ ਮੁਕੱਦਮਾ ਪਾਇਆ ਵੀ ਚੇਨ ਚੋਰੀ ਕੀਤੀ ਹੈ 10,000 ਰੁਪਏ ਦਾ ਹੱਲ ਪਾ ਦੇਣ ਕਿਹਨੂੰ ਜਾਂਦਾ 15 ਕਰੋੜ ਰੁਪਇਆ ਮਹੀਨਾ 5 ਉੱਤੇ ਕਿਹਨੂੰ ਜਾਂਦਾ ਇੱਥੇ ਦਾਬਾ ਮਾਰਦੇ ਵਿਰਾਈ ਕਿੱਥੇ ਕਰਦੇ ਜਵਾਬ ਨਹੀਂ ਦਿੰਦੇ ਵੀ 6,00,000 ਰੁਪਏ ਦਾ ਪਲੇਨ ਤੂੰ ਕਹਿੰਦਾ ਮੇਰੀ ਮਾਨ ਸਾਹਿਬ ਹੈਲੀਕਾਪਟਰ ਦੀ ਕੀ ਲੋੜ ਹੈ ਪੰਜਾਬ 2 ਘੰਟੇ ਦਾ ਇੱਥੋਂ ਹੈ ਤੂੰ ਤਾਂ ਛੱਤੀਸਗੜ੍ਹ ਤੋਂ ਨੇੜੇ ਠਿਕਦਾ ਹੀ ਨਹੀਂ ਭੰਗੜਾ ਹੀ ਉੱਥੇ ਪਾਉਣਾ ਹੈ ਫਿਰ ਜਵਾਬ ਨਹੀਂ ਦਿੰਦੇ ਆਰ ਟੀ ਆਈ ਦੇ ਜਵਾਬ ਦੇ ਹੁਣ ਇਹ ਹਾਈ ਕੋਰਟ ਹੈਜ਼ ਇਨਸਟ੍ਰਕਟਡ ਪੰਜਾਬ ਫੋਰ ਅ ਪਾਲਿਸੀ ਟੂ ਬੀ ਪ੍ਰਪੇਅਰਡ ਔਨ ਜੇਲਸ ਇਨ 1 ਵੀਕ ਜਿਹੜੇ ਲਾਅ ਮੇਕਰ ਨੇ ਉਹਨਾਂ ਨੂੰ ਹਾਈ ਕੋਰਟ ਕਹਿੰਦੇ ਲਾਅ ਬਣਾਓ ਏ ਪਾਲਿਸੀ ਬਣਾਓ ਪੰਜਾਬ ਪਾਲਿਸੀਆਂ ਨਾਲ ਹੀ ਉੱਤੇ ਆਉਣਾ ਹੈ ਗੱਲਾਂ ਦੇ ਕੜਾ ਨਾਲ ਨਹੀਂ ਬਜਟਰੀ ਐਲੋਕੇਸ਼ਨ ਵੀ ਆਹ ਚੀਜ਼ ਹੈ ਇਹਦੇ ਪੈਸੇ ਇੱਥੋਂ ਕੱਟਾਂਗੇ ਇੰਨੇ ਨੇ ਯੋਗਾ ਕਰੋ ਭਾਈ ਡਰੱਗ ਪੈਡਲਰ ਦਾ ਪੋਲੀਟੀਸ਼ੀਅਨ ਦਾ ਨੈਕਸਸ ਹੈ ਪੁਲਿਸ ਵਾਲੇ ਨਾਲ ਤੋੜ ਅਰਦਾਸ ਨਾਲ ਤੋੜ ਠੀਕ ਹੋ ਹਾਈ ਕੋਰਟ ਕਹੀ ਜਾਂਦਾ ਤੋੜ ਬੀਐਸਐਫ ਦੀ ਰეკਮੈਂਡੇਸ਼ਨ ਫਿਰ ਆਓ ਜੀ ਇਹਦੇ ਬਿਜਲੀ ਤੇ ਚਲੋ ਬਿਜਲੀ ਬੜੀ ਲੋਕੀ ਕਹਿੰਦੇ ਜੀ ਬਿਜਲੀ ਬਿਜਲੀ ਇਹਦਾ ਕਰੰਟ ਵੀ ਲਾਈ ਦਿੱਤਾ ਪੀਐਸਪੀਸੀਐਲ ਤੇ 17,000 ਬੈਂਕਾਂ ਦਾ 17,000 ਕਰੋੜ ਬੈਂਕਾਂ ਦਾ ਕਰਜ਼ਾ ਸੀ ਅੱਜ 25 ਹੈ ਆ ਸਾਲ ਦਾ ਐਂਡ ਹੋਲਣ ਦੇ 30 ਦੇ ਲਾਗੇ ਹੋ ਉਹ ਸੜਕਾਂ ਦੇ ਨੇ ਤਨਖਾਹ ਦੇ
इन गल छी आप इस गल छी चलो तनखा तो रो रहे बाकी भी रो रहे हैं तुम किन्ने रुपये यूनिट बिजली खरीद रहे हो मैं दस मत साहब तो मैं तेरी इकोनमी दस 12 रुपये एवरेज जी बिजली 2 रुपये मिलती है 12 रुपये एवरेज तुम बिजली खरीद रहे हो और पीक सीजन होगा जो झोना लगता है 19 तो 21 रुपये जा मुकर के दिखा थर्मल प्लांट वाले कांग्रेस वाले ना जिहड़े वड्डियां कंपनियां नाल रल के पैसे खांदे ते तुसीं सुंघदे हो कि खाने हो रेता शराब एलवन दे लसंस बिजली किथे जांदे है तां खाने भी हो ते खवाने भी छट केड़ी जेल छटन लगी हर बंदा डर रहा जो थो 21 रुपये यूनिट बिजली खरीदी है तुसीं किहड़े पीपीए कैंसल किए ने ओए चीका मार के असीं कैंसल मैनू कोई दस दवे जिहड़ी सरकार कहिंदी हुंदी सी वी असीं धरदे नहीं लगण देणे 12,500 कंट्रैक्चुअल टीचर अज मंग रख रहे ने कि सानू रेगुलराइज करो ईटीटी अनइंपलॉयड टीचर जिहड़े ने ओह उवें ही उसे जोश फरोश नाल टंकियां ते हर थां दे उत्ते ओह प्रोटेस्ट कर रहे ने ओह कहिंदे भाई रिक्रूटमेंट जिहड़ी है 2,364 बंदिआं दी ओह कैंसल क्यों कीती ਤੁਸੀਂ ਹਾਇਰ ਕਰਨੇ ਸੀ 5,900 ਉਹਨਾਂ ਦੇ ਉੱਤੇ ਕੋਰਟ ਨੇ ਪਾਬੰਦੀ ਲਾ ਦਿੱਤੀ ਉਹ ਕਹਿੰਦੇ ਸਾਡੀ ਰੋਜ਼ੀ ਰੋਟੀ ਗਈ ਅਸੀਂ ਜਾਈਏ ਤੇ ਜਾਈਏ ਕਿੱਥੇ ਜਿੰਨੇ ਗੌਰਮੈਂਟ ਇੰਪਲੋਈ ਨੇ ਜਿਹੜੇ ਮਾਨ ਸਾਹਿਬ ਤੇ ਫੁੱਲ ਛੱਡਦੇ ਹੁੰਦੇ ਸੀ ਜਿੱਦਣੇ ਨੇ ਸੌ ਚੁੱਕੀ ਹੈ ਮਨ ਮਨ ਪੱਕੀਆਂ ਗਾਲਾਂ ਕਰਦੇ ਹੋ ਹਾਏ ਹਾਏ ਫਲਾਨਾ ਹੋਏ ਓਪੀਐਸ ਇਹ ਪਹਿਲੀ ਸਰਕਾਰ ਹੈ ਮਹਾਰਾਜ ਨੋਟੀਫਿਕੇਸ਼ਨ ਇੱਕ ਸਾਲ ਹੋ ਗਿਆ ਕਹਿੰਦੇ ਜੀ ਓਲਡ ਪੈਨਸ਼ਨ ਸਕੀਮ ਦੇਵਾਂਗੇ ਦੇਖਾ ਦੇਖੀ ਜੀ ਕਾਂਗਰਸ ਨੇ ਦਿੱਤੀ ਉੱਥੇ ਹਿਮਾਚਲ ਪ੍ਰਦੇਸ਼ ਚ ਨੋਟੀਫਿਕੇਸ਼ਨ ਹੋਏ ਨੂੰ ਸਾਲ ਹੋ ਗਿਆ ਕਿਉਂ ਨਹੀਂ ਰੇਕੀ ਕਿਉਂ ਕਿਉਂਕਿ ਪੱਲੇ ਨਾਲ ਤੇਲ ਨਾਲ ਕੜਾਈ ਬਣਾਉਣ ਚੱਲਿਆ ਬਿਠਾਈ ਪੱਲੇ ਨਹੀਂ ਤੇਲਾ ਕਰਦੇ ਮੇਲਾ ਮੇਲਾ ਇਹ ਕਿਉਂ ਹੈ ਇਹ ਸਾਰਾ ਕੁਛ ਪੀਆਰਟੀਸੀ ਅੱਜ ਤੁਸੀਂ ਦੇਖੋ ਪੀਆਰਟੀਸੀ ਦੇ ਇੰਪਲੋਈ ਸੜਕਾਂ ਤੇ ਉਹਨਾਂ ਦੀਆਂ ਜਿਹੜੀਆਂ ਡਿਮਾਂਡਾਂ ਨੇ ਉਹ ਤਾਂ ਬਿਲਕੁਲ ਹੀ ਮਤਲਬ ਤੁਸੀਂ ਅਗਰ ਤੁਸੀਂ ਉਹਨਾਂ ਨੂੰ ਦੇਖੋ ਮੈਂ ਉਹ ਜ਼ਿਆਦਾ ਡਿਟੇਲ ਨਹੀਂ ਕਿਉਂਕਿ ਮੇਰੀ ਲੰਬੀ ਪ੍ਰੈਸ ਕਾਨਫਰੰਸ